ਸਿਮੂ ਇੱਕ ਬੱਚਾ ਵਾ, ਕੋਈ ਪਤਾ ਵੀ ਨਹੀਂ ਹੁੰਦਾ ਵੀ ਪੈਸੇ ਵੇਖ ਕੇ ਉਹਦਾ ਮਨ ਫਿਸਲ ਗਿਆ ਹੋਵੇ। ਇੱਕ ਵਾਰੀ ਸਿਮੂ ਨੂੰ ਪੁੱਛਦੀ ਹਾਂ। ਟੀਵੀ ਵੇਖਣ ਡਈ ਆ? ਹਾਂਜੀ ਮੇਰੀ ਗੱਲ ਸੁਣ। ਹਾਂਜੀ ਦੱਸੋ। ਘਰ ਦੇ ਵਿੱਚ ਰੌਲਾ ਪਿਆ ਪੈਸਿਆਂ ਦਾ, ਤੈਨੂੰ ਪਤਾ ਨਾ। ਹਾਂਜੀ ਵੇਖ ਪੁੱਤਰ, ਜਿਹੜੇ ਅੱਛੇ ਬੱਚੇ ਆ ਨਾ ਉਹ ਕਦੇ ਝੂਠ ਨਹੀਂ ਬੋਲਦੇ, ਸੱਚ ਸੱਚ ਦੱਸੀ। ਪੈਸੇ ਕਿਤੇ ਤੂੰ ਤਾਂ ਨਹੀਂ ਵੇਖੇ? ਨਹੀਂ ਭੂਈ ਜੀ, ਮੈਂ ਤਾਂ ਨਹੀਂ ਵੇਖੇ, ਨਾਲੇ ਤੇ ਮੈਂ ਉਹਨਾਂ ਦੇ ਕਮਰੇ 'ਚ ਥੋੜਾ ਕੇ ਜਾਂਦੀ ਆ। ਸੱਚੀ ਤੁਹਾਨੂੰ ਨਾਲੇ ਪਤਾ ਵੀ ਆ ਮੈਂ ਚੋਰੀ ਨਹੀਂ ਕਰ ਸਕਦੀ। ਸੌਂ ਲੱਗੇ? ਨਹੀਂ ਨਹੀਂ ਸੌਂ ਖਾਣ ਦੀ ਲੋੜ ਨਹੀਂ ਹੈ, ਮੈਨੂੰ ਪਤਾ ਵਾ। ਮੈਂ ਕਿਹਾ ਫਿਰ ਵੀ ਕਿਤੇ ਹੋਵੇ ਨਾ ਤੇ ਤੂੰ ਪਰਵਾਹ ਤੇ ਪਰਿਵਾਰ ਦੇ ਵਿੱਚ ਤੂੰ ਮੁੜ ਕੇ ਝੂਠੀ ਪਵੇਂ। ਜੇ ਕੋਈ ਗੱਲਬਾਤ ਹੈਗੀ ਆ, ਜੇ ਪੈਸੇ ਤੂੰ ਕਿਤੇ ਵੇਖੇ ਆ ਤੇ ਮੈਨੂੰ ਦੱਸ ਸਕਦੀ ਆ। ਨਹੀਂ ਮੈਂ ਨਹੀਂ ਕਿਉਂ ਭੂਈ ਜੀ, ਨਹੀਂ? ਮੈਂ ਨਹੀਂ ਵੇਖੇ। ਠੀਕ ਆ, ਚੱਲ ਕੋਈ ਗੱਲ ਨਹੀਂ, ਵੇਖ ਲੈ ਟੀਵੀ। ਬੀਜੀ ਮੈਂ ਕੀ ਕਹਿਣ ਡਈ ਹਾਂ, ਬਾਹਰੋਂ ਤਾਂ ਅਸੀਂ ਦੋ ਜਣੀਆਂ ਆਈਆਂ ਵਾਂ, ਮੈਂ ਅਤੇ ਸਿੰਮੂ। ਮੈਂ ਤਾਂ ਕਹਿੰਦੀ ਹਾਂ ਮੇਰਾ ਵੀ ਬੈਗ ਫੋਲੋ ਅਤੇ ਸਿੰਮੂ ਦਾ ਵੀ ਫੋਲੋ। ਐਵੇਂ ਬੈਗ ਫੋਲੋ, ਤੂੰ ਚੋਰ ਨਾ ਵਾ। ਉਹ ਜਿਹਦੇ ਪੈਸੇ ਨਿਕਲੇ ਹੋਣ ਨਾ ਉਹਦੇ ਭਾਦੇ ਸਾਰੇ ਚੋਰ ਹੁੰਦੇ ਆ। ਇੱਕ ਕੁੜੀ ਬਾਹਰੋਂ ਆਈ ਆ, ਇੱਕ ਮੈਂ, ਸਿੰਮੂ ਦਾ ਬੈਗ ਫੋਲੋ ਅਤੇ ਮੇਰਾ ਫੋਲੋ, ਅਤੇ ਉਹਨਾਂ ਨੂੰ ਮੈਂ ਮਨ ਹਲਕਾ ਹੋ ਜੇ। ਇੱਦਾਂ ਤਾਂ ਮੰਮੀ ਚੋਰ ਲੱਭਣਾ ਸੀ ਵੀ ਖਰੇ ਇਹਨਾਂ ਕਹਿਣਾ ਇਹਨਾਂ ਦੇ ਬੈਗਾਂ 'ਚ ਹੀ ਆ। ਇਹਨਾਂ ਦੀ ਕੀ ਜ਼ਰੂਰਤ ਆ ਤੇਰਾ ਨਾ ਬੈਗ ਫੋਲਣ ਗਿਆ? ਮੈਂ ਫੋਲਣ ਦੇ ਨਹੀਂ ਬੈਗ, ਉਹ ਮੰਮੀ ਤੂੰ ਚੋਰੀਆਂ ਕਰਨ ਆਈ ਆ। ਉਹ ਚੋਰੀਆਂ ਕਰਨ ਨਹੀਂ ਆਈ ਮੰਮੀ ਮੈਂ, ਚੱਲ ਇਹਨਾਂ ਦੀ ਵੀ ਤਸੱਲੀ ਹੋ ਜੂਗੀ, ਮੈਂ ਲਿਆਉਣੀ ਹੁਣੇ ਆਪਣਾ ਬੈਗ ਤੇ ਸਿੰਮੂ ਵੀ ਲਿਆਵੇ ਤੇ ਵੇਖੋ ਬੈਗ ਸਾਡੇ ਕੋਲ। ਉਹਨਾਂ ਤੂੰ ਰਹਿਣ ਆਈ ਆ ਤੇਰੇ ਮਗਰ ਪੈ ਗਈਆਂ, ਇਹ ਬੈਗ ਫੋਲੋ ਇਹਦਾ। ਕਿਉਂ ਭਾਬੀ ਜੀ, ਸਹੀ ਗੱਲ ਆ ਨਾ ਜਿਹੜੀ ਮੈਂ ਕੀਤੀ ਆ? ਇਦਾਂ ਬਾਹਰੋਂ ਤੇ ਸਿੰਮੂ ਆਈ ਤੇ ਜਾਂ ਮੈਂ ਆਈ ਆ, ਜਿਹਦੇ ਪੈਸੇ ਨਿਕਲੇ ਨਾ ਉਹਦੇ ਭਾਦੇ ਸਾਰੇ ਚੋਰ ਆ, ਉਹਨੂੰ ਸਾਰਿਆਂ ਤੇ ਸ਼ੱਕ ਜਾਣਾ ਵਾ, ਤੇ ਮੈਂ ਕਹਿਣ ਡਈ ਹਾਂ ਵੀ ਸਿੰਮੂ ਦਾ ਬੈਗ ਫੋਲੋ ਮੇਰਾ ਫੋਲੋ। ਪੈਸੇ ਪੈ ਕੇ ਗੁੱਠੇ ਰੱਖਦੇ ਹੁਣ, ਤੁਹਾਨੂੰ ਵੀ ਤਸੱਲੀ ਹੋ ਜੂਗੀ, ਮੈਂ ਹੁਣੇ ਬੈਗ ਲਿਆਉਂਦੀ ਆਪਣਾ। ਅਸੀਂ ਤਾਂ ਨਹੀਂ ਕਹਿੰਦੇ ਵੀ ਤੂੰ ਧੀ ਧਿਆਨੀ ਆ, ਤੇਰੇ ਬੈਗ ਖੋਲੀਏ ਨਾ, ਇਹ ਕੰਮ ਕਰਦੇ ਅਸੀਂ ਚੰਗੇ ਲੱਗਦੇ ਹਾਂ। ਚਲੋ ਜੇ ਸੋਨੀ ਦੇ ਮਨ ਦੀ ਤਸੱਲੀ ਕਹਿੰਦੇ ਹੋ ਤੇ ਕੋਈ ਗੱਲ ਨਹੀਂ, ਵਿਖਾ ਦਿਓ ਸੋਨੀ ਨੂੰ, ਆਹੋ ਸਿੰਮੂ ਦਾ ਬੈਗ ਵਿਖਾ ਦਿਓ। ਆਹੋ ਵਿਖਾ ਦਿਓ ਸਿੰਮੂ, ਆਪਣਾ ਬੈਗ ਲੈ ਕੇ ਆਓ। ਪ੍ਰੈਸ ਟੇਬਲ ਵਿੱਚ ਹੀ ਲੈ ਸੋਨੀ, ਮੇਰਾ ਬੈਗ ਵੇਖ ਲਾ, ਆ ਜਾਓ ਇੱਥੇ ਆ ਜਾਓ, ਦੇ ਦਿਓ। ਆਪੇ ਵੇਖੋ, ਵੇਖ ਲਾ ਸੋਨੀ। ਨਹੀਂ ਵੇਖੋ ਤੁਸੀਂ ਫੋਲੋ। ਉਹ ਨਹੀਂ ਕੋਈ ਗੱਲ ਨਹੀਂ, ਤੁਹਾਡੀ ਤਸੱਲੀ ਹੋਣੀ ਚਾਹੀਦੀ ਆ। ਮੈਂ ਤਾਂ ਫੋਲੋ ਕਰਦਾ। ਆਹ ਵੇਖ ਲਓ, ਫੋਲੋ ਕੋਈ ਗੱਲ ਨਹੀਂ, ਤੁਸੀਂ ਆਪ ਕੋਈ ਗੱਲ ਨਹੀਂ ਵੀਜੀ, ਮੈਂ ਖੋਲਦੀ ਆ ਬੈਗ, ਮੈਂ ਪੈਸੇ ਲੱਭ ਕੇ ਛੱਡਨੇ ਆ, ਜਿੱਥੇ ਵੀ ਹੋਏ ਨਾ ਪੈਸੇ ਕੱਢ ਕੇ ਛੱਡਨੇ ਮੈਂ। ਇੱਕ ਇੱਕ ਚੀਜ਼ ਫੋਲਣੀ ਹੈ ਕਿਉਂਕਿ ਮੇਰੇ ਵਾਸਤੇ ਬੀਜੀ ਸਾਰੇ ਚੋਰ ਆ। ਮੇਰੇ ਵਾਸਤੇ ਵੀ ਜੀ ਸਾਰੇ ਚੋਰ ਨੇ, ਮੇਰੇ ਪੈਸੇ ਗਏ ਨੇ। ਬੀਜੀ ਮੇਰੇ ਤੇ ਕੱਲ ਦੇ ਪੈਸੇ ਗੈਪ ਹੋਏ, ਮੈਨੂੰ ਤਾਂ ਇੰਨੀ ਹੈਰਾਨਗੀ ਹੋਣਗੀ।
ਓਏ ਜੀ ਸੱਚੀ ਮੈਂ ਨਹੀਂ ਪੈਸੇ ਕੱਢੇ। ਹੁਣ ਦੱਸ ਬਗਾਨਾ ਨਿਆਣਾ ਰੱਖਣ ਦਾ ਨਤੀਜਾ ਵੇਖ ਲਿਆ ਨਾ ਤੁਸੀਂ ਤੇ ਮੇਰੇ ਤੇ ਸ਼ੱਕ ਕਰਦੀਆਂ ਸੀ ਮੈਨੂੰ ਘਰੋਂ ਕੱਢਣ ਨੂੰ ਫਿਰਦੀਆਂ ਨੀ ਇੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਕਦੀ ਭਰਾ ਦੇ ਕਰੋ ਰੁਪਈਆ ਨੀ ਚੋਰੀ ਕੀਤਾ ਰੁਪਈਆ ਇੰਨਾ ਚਿਰ ਹੋ ਗਿਆ ਮੈਨੂੰ ਆਉਂਦੀ ਨੂੰ ਆ ਕੱਲ ਦੀ ਛੋਕਰੀ ਆਣ ਕੇ ਆਪਣੇ ਬੈਗ 'ਚ ਪੈਸੇ ਪਾ ਕੇ ਤੇ ਕੀ ਲੱਛਣ ਕਰਨ ਡਈ ਆ ਹੁਣ ਤੇਰੀ ਅੱਖੋਂ ਤਾਂ ਪੱਟੀ ਖੁੱਲ ਗਈ ਆ। ਮੈਨੂੰ ਇਹ ਮੇਲ ਨਹੀਂ ਹੈਗੀ ਦੀਦੀ ਇਤੋਂ ਕਿ ਸਿਮੂ ਪੈਸੇ ਕੱਢ ਸਕਦੀ ਆ ਤੇ ਹੋਰ ਬਗਾਨੇ ਨਿਆਣੇ ਰੱਖਣ ਦਾ ਇਹ ਨਤੀਜਾ ਹੀ ਓ ਆਖਿਆ ਨਾ ਦਾਦੀ ਨੇ ਕੋਈ ਨਾ ਉੱਥੇ ਬਥੇਰੇ ਪੈਸੇ ਆ ਕੱਢ ਕੇ ਉੱਥੇ ਆਪੇ ਨਣਾਦਾ ਨਾਂ ਲੱਗ ਜੂਗਾ ਨਹੀਂ ਤੁਸੀਂ ਤੇ ਮੈਨੂੰ ਬਦਨਾਮ ਕਰ ਦੇਣਾ ਸੀ ਸ਼ਰੇਆਮ ਅਪਰਾਧੀਆਂ ਦਾ ਜਨਾਂ 'ਚ ਵੀ ਗਿਰ ਜਾਣਾ ਸੀ ਮੈਂ ਤੇ ਇੱਥੇ ਵੜਨ ਜੋਗੀ ਨਹੀਂ ਰਹਿਣਾ ਹੈ ਹੋਰ ਲਿਆਓ ਦੋ ਚਾਰ ਨਿਆਣੇ ਹੈਗੇ ਲੋਕਾਂ ਦੇ ਤੇ ਵੇਖਿਆ ਬੀਜੀ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਪੈਸੇ ਚੋਰੀ ਹੋਏ ਆ ਮੇਰੇ ਪੈਸੇ ਬੀਜੀ ਮੈਂ ਇੱਦਾਂ ਹੀ ਆ ਕਿੱਧਰ ਰੱਖਦੀ ਰਹੀ ਆ ਸੋਨੀ ਤੈਨੂੰ ਵੀ ਸ਼ੱਕ ਮਿਰਤੇ ਹੀ ਸਿੱਧਾ ਸ਼ੱਕ ਮਿਰਤੇ ਜਾਂਦਾ ਸੀ ਕਿੱਦਾਂ ਚੁੱਕ ਚੁੱਕ ਲੀੜੇ ਮੇਰੇ ਮਾਰੇ ਆ ਤੇ ਕੁੜੀ ਦੇ ਲੀੜੇ ਅੰਦਰੋਂ ਨਹੀਂ ਕੱਢੇ ਪੈਸੇ ਨਿਕਲੇ ਕਿ ਨਹੀਂ ਉੱਚੋ ਮੇਰੇ ਵਾਸਤੇ ਦੀਦੀ ਸਾਰੇ ਚੋਰ ਆ ਤੇ ਫਿਰ ਤੁਸੀਂ ਵੀ ਉਹ ਜਿਹੇ ਤੇ ਮੈਨੂੰ ਉਹ ਜਿਹੇ ਉਹ ਜੀ ਤੇ ਹੁਣ ਦੱਸ ਫਿਰ ਕਿੱਥੋਂ ਨਿਕਲੇ ਆ ਨਹੀਂ ਮੈਂ ਤੇ ਸਹੁਰਿਆਂ 'ਚ ਨੱਕ ਦੇਣ ਜੋਗੀ ਨਹੀਂ ਸੀ ਰਹਿਣਾ ਮੈਨੂੰ ਤੇ ਤੁਸੀਂ ਬਦਨਾਮ ਕਰਕੇ ਸੁੱਟ ਦੇਣਾ ਹੈ ਆ ਵੇਖ ਲੈ ਲੱਛਣ ਇਹੋ ਸੁਣਨ ਵਾਲਾ ਰਹਿ ਗਿਆ ਸੀ ਲਾਤੀ ਨਾ ਮੇਰੇ ਮੱਥੇ ਤੇ ਕਲਖ ਮੇਰਾ ਬੈਗ ਫੋਲ ਕੇ ਕੱਢ ਜ਼ਰੂਰ ਦਿੱਤਾ ਤੁਸੀਂ ਕਿਉਂ ਰੌਲਾ ਪਾਇਆ ਵਾ ਕੀ ਹੋ ਗਿਆ ਵਾ ਰੌਲਾ ਕੀ ਪਾਉਣਾ ਸੀ ਪੈਸਿਆਂ ਦੀ ਗੱਲ ਵੇ ਮੇਰੇ ਕਿੱਦਾਂ ਲੀੜੇ ਕੱਢ ਕੱਢ ਸੁੱਟੇ ਸਿੱਧਾ ਸ਼ੱਕ ਮੇਰੇ ਤੇ ਕਰਦੀਆਂ ਤੇ ਪੈਸੇ ਆ ਛੋਕਰੀ ਦੇ ਬੈਗ ਚੋਂ ਨਿਕਲੇ ਆ ਬਗਾਨੇ ਨਿਆਣੇ ਲਿਆਓ ਹੋਰ ਹੋਰ ਦੋ ਚਾਰ ਲਿਆਓ ਤੇ ਘਰ ਦਾ ਕੱਢੋ ਜਲੂਸ ਨਾਲ ਮਿਲ ਕੇ ਸਾਰੇ ਜਾਣੇ ਬੜੇ ਸੌਣ ਲੱਗੇ ਮੈਂ ਨਹੀਂ ਪੈਸੇ ਕੱਢੇ ਤੇ ਪੈਸੇ ਕੱਢੇ ਤੇ ਬੈਗ 'ਚ ਕਿੱਦਾਂ ਆ ਗਏ ਆ ਹੁਣ ਦੱਸ ਆ ਗਈ ਨਾ ਛੋਟੀ ਸੋਚ ਛੋਟਾ ਖਾਨਦਾਨ ਜੇ ਤੇਰਾ ਖਾਨਦਾਨ ਉੱਥੇ ਤੇ ਕੁੜੀ ਚੁੱਕ ਲਈ ਤੁਹਾਨੂੰ ਇਹੋ ਦਿਨ ਵੇਖਣਾ ਸੀ ਪਹਿਲਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਗੱਲਾਂ ਕਰਦੀ ਆ ਚੱਲ ਜਾ ਸਿਮੂ ਅੰਦਰ ਜਾ ਪੈਸੇ ਨਹੀਂ ਕੱਢੇ ਤੇ ਇੱਥੇ ਪੈਰਾਂ ਦੇ ਨਾਲ ਚੱਲ ਕੇ ਆ ਗਏ ਆ ਵੇਖੋ ਭਾਜੀ ਬੱਚੀ ਆ ਵੇਖ ਕੇ ਪੈਸੇ ਫਿਸਲ ਗਈ ਹੋ ਗਈ ਬੱਚੀ ਬੱਚੀ ਨੂੰ ਕੀ ਕਹਿ ਸਕਦੇ ਅਸੀਂ ਨਹੀਂ ਭਾਵੇਂ ਛੋਟੀ ਆ ਉਹ ਕਾਰਨਾਮਾ ਕਿੰਨਾ ਵੱਡਾ ਕੀਤਾ ਪੈਸੇ ਕੱਢ ਲੈ ਅੱਜ ਤੇ ਇੰਨੇ ਕੱਢੇ ਆ ਕੱਲ ਨੂੰ ਹੋਰ ਲੱਖਾਂ ਕੱਢੂਗੀ ਕੋਈ ਉਹਦੀ ਦਾਦੀ ਨੂੰ ਸਮਝਾ ਕੇ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ ਕਿ ਪੁੱਤ ਬਗਾਨੀ ਜਗ੍ਹਾ ਚੱਲੀ ਆ ਠੀਕ ਠਾਕ ਕਾਰਨਾਮੇ ਕਰੀ ਉੱਥੇ ਇਹਨਾਂ ਦੇ ਨਾਂ ਰੋਸ਼ਨ ਕਰੀ ਸਾਡਾ ਸਾਡੇ ਘਰ ਅੱਜ ਤੱਕ ਨਾ ਚੋਰੀ ਹੋਈ ਆ ਤੇ ਨਾ ਕਦੇ ਅਸੀਂ ਸੁਣਿਆ ਵਾ ਬਾਕੀ ਹੋਰ ਗੱਲ ਸੁਣੋ ਜੋ ਪੈਸੇ ਨਾ ਲੱਭਦੇ ਨਾ ਤੁਸੀਂ ਸਰਿਆ ਮੇਰੀ ਭੈਣ ਦਾ ਲਾਤਾ ਆਹ ਕੀ ਕੀਤਾ ਤੁਸੀਂ ਕਿੱਦਾਂ ਜੋ ਤੁਸੀਂ ਤੁਹਾਡੀ ਸਾਰੇ ਕੱਪੜੇ ਕੱਢ ਕਰਦੇ ਬਾਹਰ ਸੁੱਟੇ ਆ ਆ ਬੇਇੱਜ਼ਤੀ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਬੇਇੱਜ਼ਤੀ ਕੀਤੀ ਉਹਦੀ ਤੁਸੀਂ ਉਹ ਮੇਰੇ ਮੱਥੇ ਤੇ ਵੀਰ ਜੀ ਕਾਲ ਖਲਾਤੀ ਆ ਮੈਨੂੰ ਵੜਨ ਜੋਗੀ ਨਹੀਂ ਇੱਥੇ ਛੱਡਿਆ ਜੇ ਕਿਤੇ ਮੇਰੇ ਸਹੁਰੇ ਪਰਿਵਾਰ 'ਚ ਪਤਾ ਲੱਗ ਗਿਆ ਉਹ ਤੇ ਅੱਗੇ ਉਦਾਂ ਦੇ ਤੁਹਾਨੂੰ ਤੇ ਪਤਾ ਹੀ ਹੈ ਨਾ ਲਿਆ ਕੇ ਮੈਂ ਆਪ ਆਖਿਆ ਬੈਗ ਮੈਂ ਖੋਲੋ ਇਹ ਸ਼ੱਕ ਹੀ ਮੇਰੇ ਤੇ ਕਰਦੀ ਸੀ ਸੋਨੀ ਨਹੀਂ ਭਾਜੀ ਮੈਂ ਨਹੀਂ ਕਿਸੇ ਦਾ ਨਾਂ ਲਿਆ ਇਹ ਬੈਗ ਆਪ ਹੀ ਲੈ ਕੇ ਆਏ ਨੇ ਅੰਦਰੋਂ ਤੇ ਮੈਂ ਤੇ ਫਿਰ ਵੀਰ ਲਿਆਉਣਾ ਸੀ ਜਦੋਂ ਉੱਥੇ ਘਰ 'ਚ ਰੌਲਾ ਹੀ ਪੈ ਗਿਆ ਬਗਾਨੀਆਂ ਕੌਣ ਸੀ ਮੈਂ ਤੇ ਸਿਮੂ ਹੋਰ ਤੀਜਾ ਬੰਦਾ ਤੇ ਕੋਈ ਹੈ ਨਹੀਂ ਇੱਥੇ ਵੇਖਣ ਨਹੀਂ ਹੁਣ ਚੱਲ ਬਹਿ ਜਾ ਚੱਲ ਪੁੱਤ ਕੋਈ ਗੱਲ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਵਾ ਤੈਨੂੰ ਡਰਨ ਦੀ ਜ਼ਰੂਰਤ ਨਹੀਂ ਆ ਤੂੰ ਕੱਪੜੇ ਪਾ ਆਪਣੇ ਬੈਗ 'ਚ ਟੋਰ ਮੈਂ ਇੱਥੇ ਵੜਨ ਜੋਗੀ ਨਹੀਂ ਰਹਿਣਾ ਕਿੱਦਾਂ ਗੜ ਗੜ ਕੱਪੜੇ ਬਾਹਰ ਸੁੱਟਦੇ ਆ ਚੰਗਾ ਤੇ ਪਾਇਆ ਇਹਨਾਂ ਨੇ ਸਾਡੇ ਪਿੱਛੇ ਤੋਂ ਬਗੈਰ ਜਾ ਕੇ ਭਤੀਜ ਲੈ ਕੇ ਆਈ ਆ ਆ ਜੀ ਭਤੀਜ ਸਾਨੂੰ
ਸਿਮੂ ਤੂੰ ਕਿਉਂ ਇਹ ਕੰਮ ਕੀਤਾ? ਸਾਰੇ 'ਚ ਮੇਰੀ ਬੇਇੱਜ਼ਤੀ ਕਰਾਤੀ। ਕੀ ਇਹਦੇ ਦਿਲ 'ਚ ਆਈ ਹੋਊਗੀ ਪੈਸੇ ਵੇਖ ਕੇ? ਇੰਨੇ ਪੈਸੇ ਵਿਚਾਰੀ ਨੇ ਕਦੀ ਵੇਖੇ ਵੀ ਨਹੀਂ ਹੋਣੇ। ਕਿੰਨੀ ਇਨਸਲਟ ਜੀ ਕਰਾ ਲਈ ਸਾਰਿਆਂ ਦੇ ਵਿੱਚ। ਸਾਰਿਆਂ ਨੇ ਉਹਨੂੰ ਹੁਣ ਸ਼ੱਕ ਦੀ ਨਿਗਾਹ ਨਾਲ ਵੇਖਿਆ ਕਰਨਾ। ਹੁਣ ਮੈਂ ਕੀ ਕਰੂੰਗੀ? ਹੁਣ ਤਾਂ ਭਾਵੇਂ ਰੱਖਣ ਬਣਾ ਇੱਥੇ ਇਹਨੂੰ। ਸਿੰਮੂ ਤੂੰ ਕਿਉਂ ਕੀਤੀ ਏਡੀ ਵੱਡੀ ਗਲਤੀ? ਸਮਝ ਨਹੀਂ ਆਈ ਇਹ ਬਣ ਕੇ ਗਿਆ। ਮਦਦ ਕਰਨ ਲੱਗੀ ਸੀ, ਵਾਧੂ ਦੀ ਬੁਰੀ ਬਣ ਗਈ। ਯਕੀਨ ਨਹੀਂ ਹੁੰਦਾ ਕਿ ਸਿੰਮੂ ਚੋਰੀ ਕਰ ਸਕਦੀ ਆ। ਉਹ ਇੱਕ ਬੱਚੀ ਆ, ਬੱਚੀ ਨੂੰ ਪੈਸੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਨਾ ਪੈਸੇ ਨਾਲ। ਜੇ ਸਿੰਮੂ ਨੇ ਪੈਸੇ ਕੱਢਣੇ ਹੁੰਦੇ ਤਾਂ ਇੱਕ ਜਾਂ ਦੋ ਨੋਟ ਕੱਢਣਾ ਸੀ। ਸਾਰੇ ਪੈਸੇ ਕੱਢਣ ਦਾ ਕੋਈ ਮਤਲਬ ਹੀ ਨਹੀਂ। ਸੱਚਾਈ ਦਾ ਪਤਾ ਕਰਨਾ ਹੀ ਪੈਣਾ ਵਾ, ਕਿਉਂਕਿ ਸਿੰਮੂ ਨੇ ਇੱਥੇ ਰਹਿਣਾ ਵਾ। ਕੋਈ ਨਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਾ ਕੀਤਾ ਅਤੇ ਮੇਰਾ ਨਾਂ ਵੀ ਸੋਨੀਆ ਨਹੀਂ ਪਤਾ ਤਾਂ ਮੈਂ ਲਾ ਕੇ ਰਹੂੰ। ਆ ਖੁੱਲ ਗਈ ਤੇਰੇ ਅੱਖਾਂ ਤੋਂ ਪੱਟੀ, ਵੇਖਿਆ ਕੀ ਕਰਤੂਤ ਕੀਤੀ ਆ? ਚੱਪਾ ਜਿੰਨੀ ਗੁੜੀ ਆ ਜਿੰਨੇ ਤੇਰੇ ਇੰਨੇ ਪੈਸੇ ਕੱਢ ਲਏ ਆ। ਮੈਨੂੰ ਨਹੀਂ ਪਤਾ ਕਿੰਨੇ ਅਤੇ ਕਿੰਨੇ ਨਹੀਂ। ਨਹੀਂ ਗਰੀਬੀ ਨਾਲ ਤਾਂ ਘੁਲ ਡਏ ਆ, ਕਦੀ 500 ਦੇ ਨੋਟ ਦਾ ਮੂੰਹ ਵੀ ਵੇਖਿਆ ਇਹਨਾਂ ਨੇ? ਨਹੀਂ ਇੰਨੇ ਪੈਸੇ ਵੇਖ ਕੇ ਕੁੜੀ ਦੇ ਮਨ 'ਚ ਲਾਲਚ ਆ ਗਿਆ ਹੋਣਾ ਵਾ। ਆਉਂਦੀ ਹੋਣੀ ਆ ਮੈਂ ਆਪਣੇ ਪਰ ਬੈਗ 'ਚ ਪਾ ਲਾਂ, ਬੱਚੇ ਦਾ ਦਿਲ ਪਿਘਲ ਗਿਆ ਹੋਣਾ ਪੈਸੇ ਵੇਖ ਕੇ। ਨਹੀਂ ਤੇਰੇ ਅੱਖਾਂ ਤੋਂ ਤਾਂ ਪੱਟੀ ਖੁੱਲ੍ਹਣੀ ਨਹੀਂ ਆ। ਤੂੰ ਤਾਂ ਸਿੱਧੀ ਸੂਈ ਮੇਰੇ 'ਤੇ ਰੱਖੀ ਵੀ ਖਰੇ ਮੇਰੀ ਨਣਾ ਨਹੀਂ ਚੋਰ ਆ। ਕੁੜੇ ਇੰਨੇ ਚਿਰਾਂ ਦੀ ਮੈਂ ਤੁਹਾਡੇ ਆਉਂਦੀ ਹਾਂ, ਕਦੀ ਤੁਹਾਡਾ ਰੁਪਈਆ ਨਹੀਂ ਚੋਰੀ ਹੋਇਆ ਹੈ? ਪੁੱਛੇ ਤੋਂ ਬਗੈਰ ਕਦੀ ਮੈਂ ਚੀਜ਼ ਨਹੀਂ ਲਈ। ਉਹ ਨਹੀਂ ਦੀਦੀ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕਿ ਬਣ ਕੇ ਗਿਆ ਵਾ, ਇੱਦਾਂ ਕਦੀ ਹੋਇਆ ਨਹੀਂ ਆ। ਨਹੀਂ ਉਹ ਉੱਥੇ ਕਮਾਉਣ ਡਿਆ ਵਾ ਅਤੇ ਤੂੰ ਇੱਥੇ ਚੋਰੀਆਂ ਕਰਾ ਕਰਾ ਡਾਈ ਜਾ। ਤੈਨੂੰ ਮੈਂ ਅਜੇ ਵੀ ਆਉਂਦੀ ਹਾਂ। ਨਹੀਂ ਆ ਕੋਠੀ 'ਚ ਕਿੰਨਾ ਕੁ ਤੇਰੇ ਤੁਹਾਡਾ ਟਾਈਮ ਪਾਸ ਹੋਣਾ ਵਾ? ਨਹੀਂ ਪੈਸੇ ਉੱਥੋਂ ਲਿਆਉਂਦੇ ਆ ਨਾ ਜਦੋਂ ਘੱਲਦਾ, ਤੈਨੂੰ ਆਪਣੇ ਜੋੜ 'ਤੇ ਕਿਤੇ ਵੱਖਰੀ ਕੋਠੀ ਪਾ ਕੇ ਅਤੇ ਅੱਡ ਹੋ ਜਾ। ਕੱਲ੍ਹ ਨੂੰ ਤੇਰੇ ਵੀ ਜਵਾਕ ਜੱਲਾ ਕੋਈ ਹੋਣਾ ਵਾ, ਠੀਕ ਆ? ਅਤੇ ਆਪਣਾ ਹੁਣ ਹੁਣ ਵੇਖ ਲਾ। ਤੈਨੂੰ ਤਾਂ ਮੈਂ ਸਮਝਾਉਂਦੀ ਹਾਂ, ਪਰ ਤੇਰੇ ਅੱਖਾਂ ਤੋਂ ਜਿਹੜੀ ਆ ਪੱਟੀ ਆ ਨਾ ਪਿਆਰ ਦੀ, ਇਹ ਮੇਰੀ ਦੀਦੀ ਮੇਰੀ ਦੀਦੀ, ਇਹ ਨਹੀਂ ਹਟਣਾ। ਅਤੇ ਮੈਂ ਤੈਨੂੰ ਕਹਿੰਦੀ ਹਾਂ ਸਮਝ ਜਾ, ਅਜੇ ਵੀ ਇਹ ਗੱਲ ਨੂੰ ਸੋਚੀ। ਜਿਹੜੀਆਂ ਤਾਂ ਸਲਾਹਾਂ ਮੈਨੂੰ ਤੂੰ ਦੇ ਕੇ ਗਈ ਨਾ, ਇਹਦਾ ਮੈਨੂੰ ਸਾਰਾ ਹੀ ਪਤਾ। ਸੱਚ ਤਾਂ ਮੈਂ ਸਾਹਮਣੇ ਲਿਆ ਕੇ ਛੱਡੂ, ਮੈਂ ਵੀ ਗੜੀ ਸੋਹਣੀ ਹਾਂ, ਕਿਉਂਕਿ ਮੇਰਾ ਮਨ ਮੰਨਦਾ ਹੀ ਨਹੀਂ ਆ ਕਿ ਬੱਚੀ ਪੈਸੇ ਕੱਢ ਸਕਦੀ ਆ। ਬੀਜੀ ਨਹਾ ਲਿਆ ਵਾ? ਨਹਾ ਲਿਆ ਵਾ, ਮੈਨੂੰ ਤਾਂ ਇਹੋ ਸੋਚ ਪਈ ਆ, ਹਾਏ ਹਾਏ ਚੰਗੀ ਲਿਆ ਕੇ ਬਾਲ ਲਈ ਉਹ ਚੋਰੀਆਂ ਕਰਨ, ਕਿਸੇ ਵੱਡੇ ਕੰਮ ਨੂੰ ਹੱਥ ਮਾਰੂ ਕੱਲ੍ਹ ਨੂੰ ਸਾਡੇ ਘਰਾਂ 'ਚ ਜਾਂਚ ਦੱਸੂ ਵੀ ਆਹ ਜਾਂਚ ਵਾ, ਸਾਡੇ ਘਰ 'ਚ ਕਿਤੇ ਚੋਰੀ ਦੀ ਆਦਤ ਨਹੀਂ। ਮੇਰੀ ਗੱਲ ਤਾਂ ਸੁਣੋ, ਮੈਂ ਤਾਂ ਸੋਨੀ ਨੂੰ ਬਥੇਰਾ ਸਮਝਾ ਕੇ ਆਈ ਹਾਂ ਵੀ ਭਾਈ ਆਪਣਾ ਜਿਹੜਾ ਗਹਿਣਾ ਗੱਟਾ ਸਾਂਭ ਕੇ ਰੱਖੋ, ਕੱਲ੍ਹ ਨੂੰ ਇਹਦੇ ਵਰਗੀ ਕੋਈ ਗਹਿਣਾ ਗੱਟਾ ਲੈ ਕੇ ਤਾਂ ਇੱਥੇ ਆਪਣੀ ਦਾਦੀ ਨੂੰ ਫੜਾਵੇ, ਇੱਥੇ ਲੜ ਜੂੰਡੀਓ ਜੂੰਡੀ ਹੋ ਕੇ ਇਹੀ ਮਰਜ਼ੀ ਹੈ। ਮੇਰੀ ਥੋੜੀ ਬੇਇੱਜ਼ਤੀ ਕੀਤੀ ਤੇਰੇ ਸਾਹਮਣੇ? ਮੇਰਾ ਤੇ ਧਿਆਨ ਕਿਤੇ ਜਾਣ ਹੀ ਨਹੀਂ ਡਿਆ। ਧਿਆਨ ਜਾਣਾ ਵੀ ਕਿਦਾਂ? ਮੈਂ ਸੋਚਾਂ ਜੀ ਡੁੱਬੀ ਫਿਰਦੀ ਆ। ਨਹੀਂ ਮੇਰੇ ਕਿਦਾਂ ਕੜ ਕੜ ਲੀੜੇ ਬਾਹਰ ਸੁੱਟੇ, ਮੇਰੀ ਕੋਈ ਇੱਜ਼ਤ ਰਹਿ ਗਈ ਆ? ਹੈ ਮੇਰੀ ਤੇ ਬੇਇੱਜ਼ਤੀ ਕਰਕੇ ਸੁਣਜਾਈਆਂ ਦਾ ਕੰਮ ਕੀਤਾ ਇਹਨਾਂ ਨੇ? ਮੇਰਾ ਕਦੀ ਨਹੀਂ ਇਦਾਂ ਹੋਈ, ਆਉਂਦੀ ਰਹੀ ਆ ਜਾਂਦੀ ਰਹੀ, ਚਲ ਗੁੱਸੇ ਨਾਰਾਜ਼ਗੀਆਂ ਹੁੰਦੀਆਂ, ਨਣਾਨ ਭਰਜਾਈ ਦੀ ਨੋਕ ਝੋਕ ਹੋ ਜਾਂਦੀ, ਪਰ ਆ ਜਿਹੜਾ ਇਹਨਾਂ ਮੇਰੇ ਤੇ ਇਲਜ਼ਾਮ ਲਾਤਾ ਨਾ, ਇਹ ਸਾਰੀ ਉਮਰ ਨਹੀਂ ਮੇਰੇ ਤੋਂ ਲੱਥਣਾ। ਕੁੜੀ ਦੇ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਹੱਥ ਮਾਰੂਗੀ, ਤੂੰ ਵੀ ਆਪਣੇ ਪੈਸੇ ਸਾਂਭ ਕੇ ਰੱਖਿਆ ਕਰ। ਤੇ ਸੋਨੀ ਨੂੰ ਤਾਂ ਮੈਂ ਕਹਿਤਾ ਭਾਈ ਆਪਣੀ ਜ਼ਿੰਮੇਵਾਰੀ ਆਪ ਲਓ। ਮੈਂ ਤੇ ਮੁੰਡੇ ਨੂੰ ਆਖਣਾ ਵੀ ਕੱਢ ਇਹਨੂੰ ਹੱਥ ਜੋੜ ਕੇ ਤੋਂ, ਸਾਡੇ ਘਰ ਦੇ ਨਰਕ ਪਾਤਾ ਵਾ। ਮੈਂ ਗੁਰਪਿੰਦਰ ਨੂੰ ਆਖਣਾ ਵਾ ਵੀ ਰਹਿ ਲਿਆ ਜਿੰਨਾ ਚਿਰ ਇਹਨੇ ਰਹਿ ਲਿਆ,
ਹੁਣ ਇਹਨੂੰ ਚੁੱਪ ਕਰਕੇ ਸੱਦਿਆ ਬਹਾਨਾ ਤੇ ਬਣ ਹੀ ਗਿਆ ਵਾ ਬਹਾਨਾ ਤੇ ਬੀਜੀ ਬਣ ਗਿਆ ਵਾ ਹੁਣ ਤੱਤੇ ਤੱਤੇ ਕਾਂ ਕੱਢੋ ਕੱਲ ਨੂੰ ਤੁਹਾਡੇ ਭਾਅ ਦਾ ਸਿਆਪਾ ਪੈਣਾ ਹੀ ਹੋ ਉਹਨੂੰ ਵਿਆਹੋਗੇ ਮੁੜ ਕੇ ਮਿਲੋਗੇ ਮੇਰਾ ਵੀ ਅੱਗ ਮਾਰੂਗੀ ਕੋਈ ਨੀ ਕਰਦੇ ਦਿੰਦੇ ਯਾਰ ਮੇਰੇ ਕੋਲ ਟੌਰ ਨਾ ਜਾਂਦੇ ਆ ਮੁੜ ਕੇ ਉਧਰ ਦਾ ਧਿਆਨ ਰਿਹਾ ਕਰਨਾ ਤੇ ਸਿੰਮੂ ਨੂੰ ਦੇ ਆਇਆ ਕਰੀਏ ਕਰਦੇ ਇਲਾਜ ਸੱਚੀ ਮੈਨੂੰ ਤੇ ਇੰਨੀ ਟੈਨਸ਼ਨ ਹੋਣ ਡਈ ਆ ਸਾਡੇ ਘਰ ਚ ਤੇ ਕਦੀ ਇਹੋ ਜਿਹੀ ਆਦਤ ਹੈ ਹੀ ਨਹੀਂ ਚੋਰੀ ਦੀ ਜਿੱਦਾਂ ਦੀ ਇਹਨੂੰ ਇਹ ਕੁੜੀ ਨੇ ਪੁੱਛਿਆ ਗਿੱਛਿਆ ਨਹੀਂ ਸਾਡੀ ਕਿਤੇ ਮੰਨੀ ਨਹੀਂ ਇੱਕ ਵੀ ਲਿਆਉਣ ਲੱਗੀ ਨੇ